ਰਾਜਨਾ ਸਾਡਾ ਕੋਈ ਟਕਰਾਅ ਨਹੀਂ ਅਸੀਂ ਬਾਹਰ ਲਿਖ ਦਿੰਦੇ ਹਾਂ ਕਿ ਹੋਸ਼ ਦੇ ਵਿੱਚ ਆਓ ਸਾਥੀ ਜੀ ਸਟਾਰ ਲੱਗੇ ਤੁਹਾਡੇ ਪੂਰੇ ਸੂਬੇ ਦੇ ਵਿੱਚ ਪ੍ਰਦਰਸ਼ਨਕਾਰੀ ਅਧਿਆਪਕਾਂ ਦੇ ਵੱਲੋਂ ਅਨੋਖਾ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ। ਇਸੇ ਦੇ ਤਹਿਤ ਲੁਧਿਆਣਾ ਦੇ ਵਿੱਚ ਵੀ ਸਾਂਝਾ ਟੀਚਰ ਮੋਰਚਾ ਨੇ ਦੁਸ਼ਹਿਰੇ ਤੋਂ ਇੱਕ ਦਿਨ ਪਹਿਲਾਂ ਪੰਜਾਬ ਕੈਬਨਿਟ ਦੇ 18 ਮੰਤਰੀਆਂ ਦਾ 8 ਫੁੱਟ ਲੰਬਾ ਰਾਵਣ ਰੂਪੀ ਪੁਤਲਾ ਫੂਕਿਆ, ਜਿਹਦੇ ਤੇ 18 ਦੇ 18 ਮੰਤਰੀਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਟੀਚਰਾਂ ਦਾ ਕਹਿਣਾ ਹੈ ਕਿ ਇਸ ਦੁਸ਼ਹਿਰੇ ਦੇ ਉੱਤੇ ਬੁਰਾਈ ਰੂਪੀ ਕੈਬਨਿਟ ਦੇ ਉੱਤੇ ਟੀਚਰਾਂ ਦੀ ਅਛਾਈ ਦੀ ਜਿੱਤ ਹੋਵੇਗੀ। ਇਸ ਦੇ ਇਲਾਵਾ ਜਦੋਂ ਟੀਚਰ ਪੁਤਲਾ ਫੂਕ ਰਹੇ ਸਨ ਤਾਂ ਪੁਲਿਸ ਦੀ ਟੀਚਰਾਂ ਨਾਲ ਬਹਿਸ ਵੀ ਹੋ ਗਈ, ਜਿਸ ਦੌਰਾਨ ਅਧਿਆਪਕਾਂ ਨੇ ਪੁਲਿਸ ਦੇ ਇੱਕ ਅਧਿਕਾਰੀ ਦੀ ਮਾਈਕ ਤੇ ਜੰਮ ਕੇ ਕਲਾਸ ਵੀ ਲਗਾਈ ਅਤੇ ਉਸਨੂੰ ਸਬਕ ਸਿਖਾਏ ਜਾਣ ਦੀ ਧਮਕੀ ਵੀ ਦਿੱਤੀ। ਅਧਿਆਪਕਾਂ ਸਾਡੇ ਨਾਲ ਅਧਿਆਪਕਾਂ ਦੀ ਤਰ੍ਹਾਂ ਡੀਲ ਕਰੋ ਜੀ, ਪੰਜਾਬ ਸਰਕਾਰ ਮੁਰਦਾਬਾਦ। ਅਸੀਂ ਟਕਰਾਅ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਨਾਲ ਅਸੀਂ ਟਕਰਾਅ ਦੇ ਵਿੱਚ ਨਹੀਂ ਆਉਣਾ ਚਾਹੁੰਦੇ। ਅਸੀਂ ਫਿਰ ਕਹਿੰਦੇ ਹਾਂ ਪੁਲਿਸ ਪ੍ਰਸ਼ਾਸਨ ਨਾਲ ਸਾਡਾ ਕੋਈ ਟਕਰਾਅ ਨਹੀਂ। ਜੇ ਇਸ ਤਰ੍ਹਾਂ ਦੇ ਇੰਸਪੈਕਟਰ ਆ ਜਿਹੜੇ ਇਹੋ ਜਿਹੀ ਭਾਸ਼ਾ ਵਰਤਣਗੇ ਫਿਰ ਇਹ ਗੱਲ ਦੱਸ ਦਿੰਦੇ ਹਾਂ ਬਾਈ ਜੀ, ਠੀਕ ਹੈ ਨਾ, ਸਾਰੀ ਇਹ ਮਾਫੀ ਮੰਗ ਲਵੇ, ਨਹੀਂ ਤਾਂ ਠੀਕ ਹੈ ਇਹਨੂੰ ਟਾਰਗੇਟ ਕਰਾਂਗੇ। ਅਸੀਂ ਬਾਹਰ ਲਿਖ ਦਿੰਦੇ ਹਾਂ ਕਿ ਹੋਸ਼ ਦੇ ਵਿੱਚ ਆਓ ਸਾਥੀ ਜੀ, ਸਟਾਰ ਲੱਗੇ ਤੁਹਾਡੇ। ਸਥਿਤੀ ਦਾ ਜਾਇਜ਼ਾ ਲਿਆ ਸਾਡੇ ਪੱਤਰਕਾਰ ਵਿਵੇਕ ਟਲ ਨੇ। ਨੇਕੀ ਦੇ ਬਦੀ ਦੇ ਜਿੱਤ ਦੇ ਰੂਪ ਦੇ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਬੇਸ਼ੱਕ ਪੰਜਾਬ, ਭਾਰਤ ਅਤੇ ਦੇਸ਼ ਭਰ ਦੇ ਵਿੱਚ ਕੱਲ੍ਹ 19 ਅਕਤੂਬਰ ਨੂੰ ਮਨਾਇਆ ਜਾਏਗਾ, ਪਰ ਅਧਿਆਪਕ ਜਥੇਬੰਦੀਆਂ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਬੈਨਰ ਹੇਠ ਅੱਜ ਲੁਧਿਆਣਾ ਦੇ ਵਿਖੇ ਪੰਜਾਬ ਕੈਬਨਿਟ ਦਾ ਇੱਕ ਪੁਤਲਾ ਰੂਪੀ ਰਾਵਣ ਫੂਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਭਾਨਗਰ ਚੌਂਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਧਿਆਪਕ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਅਤੇ ਦੂਜੇ ਪਾਸੇ 18 ਫੁੱਟੀ ਰਾਵਣ ਜਿਹੜਾ ਬਣਾਇਆ ਗਿਆ, ਜਿਸ ਦੇ ਵਿੱਚ ਪੰਜਾਬ ਕੈਬਨਿਟ ਦੇ ਸਾਰੇ ਮੰਤਰੀਆਂ ਸਮੇਤ ਐਜੂਕੇਸ਼ਨ ਸੈਕਟਰੀ ਕਿਸ਼ਨ ਕੁਮਾਰ ਦੀ ਵੀ ਫੋਟੋ ਲਗਾਈ ਗਈ ਹੈ ਅਤੇ ਇਸ ਨੂੰ ਜਿਹੜੀ ਹੈਗੀ ਆ ਬੁਰਾਈ ਦੇ ਉੱਤੇ ਸੱਚਾਈ ਦੀ ਜਿੱਤ ਦੇ ਰੂਪ ਦੇ ਵਿੱਚ ਅੱਜ ਫੂਕਿਆ ਜਾਵੇਗਾ। ਤੁਸੀਂ ਸਾਡੇ ਨਾਲ ਕੁਛ ਅਧਿਆਪਕ ਜਥੇਬੰਦੀਆਂ ਦੇ ਆਗੂ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਕਿਸ ਰੂਪ ਦੇ ਵਿੱਚ ਕੀਤਾ ਜਾ ਰਿਹਾ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਜਿਹੜੀ ਕੁੱਲ ਅਧਿਆਪਕਾਂ ਨਾਲ ਧੱਕਾ ਕਰ ਰਹੀ ਆ, ਇੱਥੇ 10-10 ਸਾਲਾਂ ਤੋਂ ਅਧਿਆਪਕ ਕੱਚੇ ਨੇ, ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ। ਅਤੇ ਉਹ ਤੋਂ ਅੱਗੇ ਇਹਨਾਂ ਨੇ 8886 SSA ਰਮਸਾ ਆਦਰਸ਼ ਮਾਡਲ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਕਟੌਤੀ ਕੀਤੀ ਆ। ਨਾਲ ਹੀ ਸਾਡੇ 5570 ਦੇ ਅਧਿਆਪਕ ਨੇ, ਉਹਨਾਂ ਨੂੰ ਕਹਿੰਦੇ ਵੀ 19 ਤੋਂ ਰੈਗੂਲਰ ਕਰਨਾ, ਹਲੇ ਉਹਨਾਂ ਦਾ ਕੋਈ ਪਤਾ ਨਹੀਂ। ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਕੈਟਾਗਰੀਆਂ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਪੱਕੇ ਨਹੀਂ ਕਰ ਰਹੀ। ਅਤੇ ਹੁਣ ਅਧਿਆਪਕਾਂ ਨੇ ਜਿਹੜਾ ਇਹ ਅਹਿਦ ਕਰ ਲਿਆ ਕਿ ਜਿਹੜੀ ਇਹ ਗੱਲ ਆ ਇਹ ਸਿਰਫ ਤਨਖਾਹ ਕਟੌਤੀ ਦੀ ਗੱਲ ਨਹੀਂ, ਇਕੱਲੇ ਅਧਿਆਪਕਾਂ ਨੂੰ ਬਾਹਰ ਕੱਢਣ ਦੀ ਗੱਲ ਨਹੀਂ, ਇਹ ਸਿੱਖਿਆ ਨੂੰ ਬੰਦ ਕਰਨ ਲਈ, ਸਕੂਲਾਂ ਨੂੰ ਬੰਦ ਕਰਨ ਦੀ ਗੱਲ ਆ। ਅਤੇ ਇੱਥੋਂ ਦੇ ਅਧਿਆਪਕ ਜਿਹੜੇ ਆਮ ਲੋਕਾਂ ਨੂੰ ਨਾਲ ਲੈ ਕੇ ਸਿੱਖਿਆ ਨੂੰ ਬਚਾ ਕੇ ਰਹਿਣਗੇ। ਅੱਜ ਅਸੀਂ ਪੰਜਾਬ ਸਰਕਾਰ ਦਾ ਜਿਹੜਾ ਦੁਸਹਿਰਾ ਫੂਕਿਆ, ਇੱਥੇ ਇੱਥੋਂ ਦੀ ਕੈਬਨਿਟ, ਇੱਥੋਂ ਦਾ ਮੁੱਖ ਮੰਤਰੀ, ਇੱਥੋਂ ਦਾ ਸਿੱਖਿਆ ਸਕੱਤਰ ਜਿਹੜੇ ਹੈਂਕੜਬਾਜ਼ੀ ਦੇ ਵਿੱਚ ਕਹਿ ਰਹੇ ਆ ਕਿ ਅਸੀਂ ਕਿਸੇ ਵੀ ਰੂਪ ਦੇ ਵਿੱਚ ਜਿਹੜਾ ਹੈ ਉਹ ਮੰਨਾਂਗੇ ਨਹੀਂ, ਇਹਨਾਂ ਦੀਆਂ ਮੰਗਾਂ ਨਹੀਂ ਮੰਨਾਂਗੇ, ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਆਮ ਲੋਕ ਉੱਠ ਖੜੇ ਨੇ, ਅੱਜ ਦੁਸਹਿਰਾ ਫੂਕਿਆ, ਕੱਲ੍ਹ ਨੂੰ ਘਰੋ ਘਰ ਜਾ ਕੇ ਘੇਰਾਂਗੇ ਵੀ ਅਤੇ ਚੌਂਕ ਚੌਂਕ 'ਚ ਪਿੰਡਾਂ ਵਿੱਚ ਇਹਨਾਂ ਦਾ 70 ਵਿਛਾਵਾਂਗੇ। ਜੀ ਬਿਲਕੁਲ, ਅਧਿਆਪਕ ਜਥੇਬੰਦੀਆਂ ਦਾ ਕਹਿਣਾ ਕਿ ਅੱਜ ਪੰਜਾਬ ਸਰਕਾਰ ਦਾ ਰਾਵਣ ਰੂਪੀ ਜਿਹੜਾ ਫੂਕਿਆ ਜਾ ਰਿਹਾ ਅਤੇ ਸਾਡੇ ਨਾਲ ਕੁਛ ਅਧਿਆਪਕ ਉਹ ਨੇ, ਕੀ ਕਹਿਣਾ ਚਾਹੁੰਗੇ ਜੀ, ਕਿਹੜੇ ਜਥੇਬੰਦੀ ਤੋਂ ਉਹ ਕਿਹੜੀਆਂ ਮੰਗਾਂ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਸੰਘਰਸ਼ ਕਰ ਰਹੇ ਹੋ ਅਤੇ ਪਟਿਆਲਾ ਦੇ ਵਿੱਚ ਵੀ ਤੁਹਾਡੇ ਸਾਥੀ ਮਰਨ ਵਾਸਤੇ ਬੈਠੇ ਨੇ, ਪਰ ਸਰਕਾਰ ਦੀ ਜਿਹੜੀ ਤੁਹਾਡੀ ਮੰਗਾਂ ਮੰਨਣ ਤੋਂ ਸਾਫ਼ ਇਨਕਾਰ ਕਰ ਰਹੀ ਆ। ਸਰ ਮੈਂ ਇੱਥੇ ਕੋਈ ਜਥੇਬੰਦੀ ਅਲੱਗ ਅਲੱਗ ਨਹੀਂ ਹੈ, ਅਸੀਂ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਇਕੱਠੇ ਹੋਏ ਆ। ਦੇਖੋ, ਇੱਕ ਤਾਂ ਜਿਹੜੇ SSA ਰਮਸਾ ਵਾਲੇ ਉਹਨਾਂ ਦੀ ਤਨਖਾਹ ਕਟੌਤੀ ਕੀਤੀ ਗਈ ਹੈ, ਅਸੀਂ ਉਹਦੀ ਪੂਰੀ ਨਿਖੇਧੀ ਕਰਦੇ ਹਾਂ ਕਿ ਉਹਨਾਂ ਨੂੰ ਪੂਰੇ ਤਨਖਾਹ 'ਤੇ ਰੈਗੂਲਰ ਕਰੋ। ਮੈਂ ਪਰਟੀਕੁਲਰ ਖੁਦ 5178 ਦੀ ਅਧਿਆਪਕ ਆ, ਸਾਨੂੰ ਅਸੀਂ ਨਵੰਬਰ 2014 ਦੇ ਵਿੱਚ ਅਪੁਆਇੰਟ ਕੀਤੇ ਗਏ ਸੀ ਅਤੇ ਕਿਹਾ ਗਿਆ ਸੀ, ਸਾਡੇ ਆਰਡਰ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਕਿ ਨਵੰਬਰ 2017 ਤੋਂ ਤੁਹਾਨੂੰ ਪੂਰੇ ਸਕੇਲ ਦੇ ਉੱਪਰ ਰੈਗੂਲਰ ਕੀਤਾ ਜਾਊਗਾ। ਤੁਸੀਂ ਦੇਖ ਲਓ ਕਿ ਨਵੰਬਰ 2018 ਆਉਣ ਵਾਲੀ ਹੈ, ਸਾਲ ਹੋ ਗਏ, ਸਾਡੇ ਆਰਡਰਾਂ ਦਾ ਕੁਛ ਅਤਾ ਪਤਾ ਨਹੀਂ ਹੈ, ਅਸੀਂ ਸਰਕਾਰ ਦਾ ਵਿਸ਼ਵਾਸ ਕਿਵੇਂ ਕਰ ਲਈਏ? ਔਰ ਅੱਜ ਅਸੀਂ ਇੱਥੇ ਜਿਹੜੇ ਸਿੱਖਿਆ ਸਕੱਤਰ ਹੈ, ਕੈਬਨਿਟ ਮੰਤਰੀ ਹੈ, ਮੁੱਖ ਮੰਤਰੀ ਹੈ, ਉਹਨਾਂ ਦੇ ਜਿਹੜੇ ਪੁਤਲੇ ਉਹ ਫੂਕਣ ਜਾ ਰਹੇ ਆ। ਦੁਸਹਿਰਾ ਜਿਹੜਾ ਇਸ ਗੱਲ ਦਾ ਪ੍ਰਤੀਕ ਹੈ ਕਿ ਜਿਹੜੀ ਬੁਰਾਈ ਹੈ ਉਹਦੀ ਹਮੇਸ਼ਾ ਹਾਰ ਹੁੰਦੀ ਹੈ, ਇੱਥੇ ਵੀ ਬੁਰਾਈ ਹਾਰੂਗੀ, ਅੱਛਾਈ ਜਿੱਤੂਗੀ। ਹੋ ਸਕਦਾ ਸਾਨੂੰ ਸੰਘਰਸ਼ ਜਿਹੜਾ ਉਹ ਹੋਰ ਤਿੱਖਾ ਕਰਨਾ ਪਵੇ ਜਾਂ ਲੰਬਾ ਲੈ ਕੇ ਜਾਣਾ ਪਵੇ, ਪਰ ਸਾਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਸਾਡਾ ਸੰਘਰਸ਼ ਜਿਹੜਾ ਉਹ ਐਵੇਂ ਜਾਰੀ ਰਹੂਗਾ ਅਤੇ ਅਸੀਂ ਜਿੱਤ ਲੈ ਕੇ ਰਵਾਂਗੇ। ਸਾਡੀ ਇੱਕੋ ਇੱਕ ਮੰਗ ਹੈ ਕਿ ਸਾਰੇ ਅਧਿਆਪਕ ਜਿਹੜੇ ਨੇ ਉਹ ਫੁੱਲ ਗ੍ਰੇਡ 'ਤੇ ਰੈਗੂਲਰ ਕੀਤੇ ਜਾਣ। SSA ਰਮਸਾ ਵਾਲੀ ਜੋ ਕਟੌਤੀ ਕੀਤੀ ਗਈ ਆ ਉਹ ਵਾਪਸ ਲਿੱਤੀ ਜਾਵੇ, ਔਰ ਜਿਹੜੇ 5578 ਅਧਿਆਪਕ ਨੇ ਉਹਨਾਂ ਨੂੰ ਪੂਰੇ ਸਕੇਲ ਦੇ ਉੱਪਰ ਰੈਗੂਲਰ ਕੀਤਾ ਜਾਵੇ। ਵੇਟਿੰਗ ਵਾਲੇ, ਫਿਜ਼ੀਕਲ ਔਰ ਜੋ ਫਾਈਨ ਆਰਟਸ ਵਾਲੇ ਨੇ, ਸਾਰੇ ਅਧਿਆਪਕ ਇਕੱਠੇ ਰੈਗੂਲਰ ਕੀਤੇ ਜਾਣ ਇੱਕ ਡੇਟ ਤੋਂ। ਜੀ ਬਿਲਕੁਲ, ਅਧਿਆਪਕ ਜਥੇਬੰਦੀਆਂ ਦਾ ਕਹਿਣਾ ਕਿ ਬੁਰਾਈ ਦੀ ਹਮੇਸ਼ਾ ਹਾਰ ਹੁੰਦੀ ਹੈ ਅਤੇ ਜਿੱਤ ਜਿਹੜੀ ਸੱਚਾਈ ਦੀ ਹੁੰਦੀ ਹੈ ਅਤੇ ਉਹਨਾਂ ਦੀ ਵੀ ਜਿੱਤ ਹੋਵੇਗੀ। ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਵੀ ਅਧਿਆਪਕ ਪਹੁੰਚੇ ਨੇ। ਸਿੱਖਿਆ ਮੰਤਰੀਆਂ ਦਾ ਕਹਿਣਾ ਸੀਗਾ ਕਿ ਜਿਹੜੇ ਬੱਚਿਆਂ ਨੂੰ ਤੁਸੀਂ ਲੈ ਕੇ ਪ੍ਰੋਟੈਸਟ ਦੇ ਵਿੱਚ ਆ ਰਹੇ ਹੋ ਇਹ ਗਲਤ ਕਰ ਰਹੇ ਹੋ ਤੁਸੀਂ।
ਅਸੀਂ ਕਿੱਥੇ ਛੱਡ ਕੇ ਜਾਈਏ ਜੀ ਬੱਚੇ, ਹੁਣ ਅਸੀਂ ਡਿਊਟੀਆਂ ਤੋਂ ਬਾਅਦ ਇੱਥੇ ਧਰਨਿਆਂ 'ਤੇ ਬੈਠੇ ਹਾਂ, ਡਿਊਟੀ ਸਾਹਮਣੇ ਅਸੀਂ ਧਰਨੇ ਕਰ ਨਹੀਂ ਸਕਦੇ, ਡਿਊਟੀ ਤੋਂ ਬਾਅਦ ਤਾਂ ਬੱਚੇ ਆਪਣੇ ਨਾਲ ਹੀ ਲੈ ਕੇ ਆਵਾਂਗੇ, ਅਸੀਂ ਕਿੰਨਾ ਸਾਰੇ ਛੱਡ ਕੇ ਜਾਈਏ ਬੱਚੇ, ਦਿਨੇ ਤਾਂ ਅਸੀਂ ਡਿਊਟੀਆਂ 'ਚ ਛੱਡ ਕੇ ਚਲੇ ਜਾਂਦੇ ਹਾਂ, ਪਰ ਇਸ ਟਾਈਮ ਸਾਨੂੰ ਮਜਬੂਰੀ 'ਚ ਆਪਣੇ ਬੱਚਿਆਂ ਨਾਲ ਸੜਕਾਂ 'ਤੇ ਬਹਿਣਾ ਪੈ ਰਿਹਾ। ਲੰਬੇ ਸਮੇਂ ਤੋਂ ਪ੍ਰੋਟੈਸਟ ਚੱਲ ਰਿਹਾ, ਹੁਣ ਅਗਲਾ ਰੂਪਰੇਖਾ ਕੀ ਰਹੇਗੀ? 21 ਤਰੀਕ ਨੂੰ ਤੁਸੀਂ ਇੱਕ ਲੰਬਾ ਪ੍ਰੋਟੈਸਟ ਕਰਨ ਜਾ ਰਹੇ ਹੋ, ਕੀ ਕਹੋਗੇ? ਅਗਲੀ ਰੂਪਰੇਖਾ ਇਹੀ ਹੈ, 21 ਮਾਰਚ ਨੂੰ ਪੂਰਾ ਲੰਬਾ ਪ੍ਰੋਟੈਸਟ ਚੱਲੇਗਾ, ਪੂਰੀ ਉੱਥੇ ਮੋਰਚਾ ਕੱਢਿਆ ਜਾ ਰਿਹਾ ਅਤੇ ਜ਼ਰੂਰਤ ਪਈ ਤਾਂ ਸਾਰੇ ਜਿਹੜਾ ਮਾਸਟਰ ਕੈਡਰ ਆ ਉਹ ਮਰਨ ਵਰਤ 'ਤੇ ਬੈਠੇਗਾ। ਜੀ ਬਿਲਕੁਲ, ਅਧਿਆਪਕ ਕਿਸੇ ਵੀ ਵਜ੍ਹਾ ਨਾਲ ਪਿੱਛੇ ਹਟਣ ਨੂੰ ਤਿਆਰ ਨਹੀਂ ਆ, ਬੇਸ਼ੱਕ ਉਹਨਾਂ ਦਾ ਕਹਿਣਾ ਕਿ ਅੰਦੋਲਨ ਕਾਫੀ ਦਿਨਾਂ ਤੋਂ ਚੱਲ ਰਿਹਾ, ਇਸ ਦਾ ਅੱਗੇ ਵੀ ਚੱਲਦਾ ਰਹੇਗਾ ਅਤੇ ਲੰਬੇ ਸਮੇਂ ਤੋਂ ਅਸੀਂ ਲੱਗੇ ਹੋਏ ਹਾਂ, ਅਸੀਂ ਆਪਣੀ ਮੰਗਾਂ ਨੂੰ ਮੰਗਵਾ ਕੇ ਰਵਾਂਗੇ। ਬੇਸ਼ੱਕ 21 ਅਕਤੂਬਰ ਦਾ ਦਿਨ ਉਹਨਾਂ ਨੇ ਪਟਿਆਲਾ ਦੇ ਵਿੱਚ ਇੱਕ ਵੱਡਾ ਅੰਦੋਲਨ ਛੇੜਨ ਦੀ ਕੋਸ਼ਿਸ਼ ਗੱਲ ਕਰ ਰਹੇ ਨੇ ਅਤੇ ਜੇ ਅੰਦੋਲਨ ਜਿਹੜਾ ਹੈਗਾ ਪਟਿਆਲਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਘਰ ਤੱਕ ਜਾਵੇਗਾ ਅਤੇ ਉਹਨਾਂ ਦਾ ਕਹਿਣਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਅਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਅਧਿਆਪਕ ਮਰਨ ਵਰਤ 'ਤੇ ਬੈਠਣਗੇ। ਬੇਸ਼ੱਕ ਹੁਣ ਕੁਛ ਅਧਿਆਪਕ ਬੈਠੇ ਹੋਏ ਨੇ ਅਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਇਹ ਹੋਏਗਾ ਕਿ ਅਧਿਆਪਕਾਂ ਦਾ ਅੰਦੋਲਨ ਕਿਸ ਰੂਪ ਕਰਵਟ ਲੈਂਦਾ ਹੈ, ਕਿਉਂਕਿ ਪੰਜਾਬ ਸਰਕਾਰ ਵੱਲੋਂ ਸਾਫ਼ ਇਹਨਾਂ ਨੂੰ ਮਨ੍ਹਾ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਵੇਤਨ ਬਰੋਤੀ ਨਹੀਂ ਕੀਤੀ ਜਾਏਗੀ, ਕਿ ਜੋ ਉਹਨਾਂ ਦੀ 10,300 ਦੇ ਵਿੱਚ 3 ਸਾਲ ਪ੍ਰੋਵੀਜ਼ਨ ਪੀਰੀਅਡ ਦੇ ਵਿੱਚ ਹੀ ਕੰਮ ਕਰਨਾ ਪਏਗਾ। ਪਰ ਅਧਿਆਪਕ ਜਥੇਬੰਦੀਆਂ ਇਸ ਪ੍ਰੋਵੀਜ਼ਨ ਪੀਰੀਅਡ ਦੇ ਵਿੱਚ ਕੰਮ ਕਰਨ ਨੂੰ ਤਿਆਰ ਨਹੀਂ, ਦੇਖਣਾ ਇਹ ਹੋਏਗਾ ਕਿ ਅਧਿਆਪਕ ਜਥੇਬੰਦੀਆਂ ਦਾ ਅੰਦੋਲਨ ਕਿਸ ਰੂਪ ਕਰਵਟ ਲੈਂਦਾ ਹੈ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾ, ਦੈਨਿਕ ਸਵੇਰਾ ਟੀਵੀ, ਲੁਧਿਆਣਾ।